ਅਸਲਾਮ ਵਾਲੇਕੁਮ, ਮੈਂ ਹਾਂ ਮਲਿਕ ਉਸਮਾਨ ਅਤੇ ਸਾਡੇ ਦੇ ਯੂਟਿਊਬ ਚੈਨਲ ਸ਼ਰਾਕੀ ਵਲੋਗਸ। ਅੱਲਾਹ ਤਾਲਾ ਦੇ ਰਹਿਮਤ ਕਰਮ ਫਜ਼ਲ ਔਰ ਸ਼ੁਕਰ ਦੇ ਨਾਲ ਅੱਜ ਦਾ ਵਲਾਗ ਕਹਿੰਦੇ ਸ਼ੁਰੂ। ਜਿਹੜੇ ਸਾਰੇ ਚੈਨਲ 'ਤੇ ਨਵੇਂ ਨੂੰ ਚੈਨਲ ਮਾਰੋ ਸਬਸਕ੍ਰਾਈਬ ਅਤੇ ਵਾਲਾ ਸ਼ੁਰੂ ਕਰੇ ਨੂੰ ਅੱਜ ਦੀ ਮਜ਼ੇਦਾਰ ਵੀਡੀਓ। ਤੋ ਮਾਸ਼ਾਅੱਲਾ ਵੀਵਰਸ, ਟਾਈਮ ਸੀ ਥਿੰਦਾ ਪੇ ਸ਼ਾਮ ਦਾ ਅਤੇ ਅੱਜ ਅਸੀਂ ਹਫ਼ਤਾ ਹੈ ਅਤੇ ਮਾਸ਼ਾਅੱਲਾ ਤੱਕ ਪਤਾ ਜਾ ਸਕੇ ਤੱਕ ਪਤਾ ਕਿ ਹਰ ਹਫ਼ਤੇ ਆਉਂਦੀ ਹੈ ਪਾਣੀ ਦੀ ਵਾਰੀ ਸ਼ਾਮ ਕੁ 6 ਵਜੇ। ਅਤੇ ਮੈਂ ਆਇਆ ਹੁਣ ਸੀ ਮਾਸ਼ਾਅੱਲਾ ਲੈਣਾ ਪਿਆ ਲਵੇਰਿਆਂ ਕੋਲ ਪਾਣੀ, ਕਿਉਂਕਿ ਸੁਬਹਾ ਮੇਰੇ ਕੋਲ ਕੰਟੈਕਟ ਕਹਿਣਾ ਹਾ ਬਈ ਕਿਹੜੀ ਕਿੰਦੋ ਅਤੇ ਅਸੀਂ ਵੀਡੀਓ ਬਣਾਵਾਂ ਅਤੇ ਹਿੱਸਾ ਕਿ ਮਾਸ਼ਾਅੱਲਾ ਪਾਣੀ ਲੈਂਦੇ। ਚਲੋ ਮੈਂ ਕਿਹਾ ਚਲੋ ਪਾਣੀ ਲੈ ਸੂ, ਨਾਲ ਨਾਲ ਤੁਹਾਡੇ ਤੱਕ ਵੀਡੀਓ ਸ਼ੇਅਰ ਕਰੇ ਸੂੰ ਤਾਂ ਕਿ ਤੁਸੀਂ ਵੀ ਵੀਡੀਓ ਦੇਖੋ ਅਤੇ ਇੰਜੋਏ ਕਰੋ। ਅਤੇ ਮਾਸ਼ਾਅੱਲਾ ਅਸੀਂ ਲਵੇਰੇ ਸਾਹਮਣੇ ਅਸੀਂ ਖੜੇ ਦੇ ਦੇਖੋ, ਇਹ ਲਵੇਰੇ ਜਿਹੜੇ ਬੀਜਿਆ ਸੀ ਅਸਾਂ। ਅਸੀਂ ਪਿਛਲੀ ਵਾਰੀ ਕੋਈ ਪਾਣੀ ਕਹਿ ਨਹੀਂ ਮਿਲਾ ਤਾ, ਹੀ ਵਾਰੀ ਇਨਸ਼ਾਅੱਲਾ ਅਸੀਂ ਕੋਈ ਲੈਣਾ ਪਿਆ ਪਾਣੀ ਅਤੇ ਖਾਦ ਵੀ ਇਨਸ਼ਾਅੱਲਾ ਸਟੇ ਸੂੰ। ਅਤੇ ਹਾਲੇ ਫਿਲਹਾਲ ਅਸੀਂ ਟਾਈਮ ਥਿੰਦਾ ਪਿਆ ਅਤੇ ਮੈਂ ਅਸੀਂ ਖੜਾਂ ਫਟੀ ਦੋ ਅਤੇ ਜੂੰ ਹੀ ਅਸੀਂ ਟਾਈਮ ਥਿੰਦੇ ਪੂਰੇ 6 ਦਾ ਅਤੇ ਵੱਲ ਅਸੀਂ ਲੁੜੇ ਸੇ ਫਟੀ ਇਥੋਂ ਅਤੇ ਮੁੰਡੇ ਬਰੇਨ ਸੇ ਅਤੇ ਵਾਲੀ ਸਟੇਨ ਸੇ ਖਾਦ ਅਤੇ ਸਾਲ ਨਾਲ ਨਾ ਰਵਾਏ ਅਤੇ ਵੀਡੀਓ ਲਾਜ਼ਮੀ ਤੁਸੀਂ ਪੂਰੀ ਡਿਠਾ ਕਰੋ। ਅਤੇ ਇੱਕ ਗੱਲ ਵੀਵਰਸ ਬਈ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਅਸੀਂ ਤੱਕ ਪਤਾ ਜੇ ਕਿ ਇਹਦੇ ਉੱਤੇ ਬੰਦੀ ਦੇ ਵਿੱਚ ਨਾ ਤਲੇ ਲਾਟੀ ਆਮੀ ਸੀਮਟ ਫਟੀ ਦੋ ਅਤੇ ਆਖਰੀ ਫਟੀ ਦੋ ਅਤੇ ਸੀਮਟ ਅਤੇ ਮੈਂ ਅਸੀਂ ਹੀ ਭੁਲੇ ਕੇ 'ਚ ਰਹਿ ਗਿਆ ਕਿ ਤਲੂ ਅਸੀਂ ਵੱਲ ਇੱਕ ਦਵਾ ਸੁਰਾਖ ਤੀ ਗਏ ਆਪਣੇ ਆਪ ਅਤੇ ਪਾਣੀ ਥੋਂ ਵੇ ਅਤੇ ਮੈਂ ਅਸੀਂ ਕੁੜੀ ਐਵੇਂ ਨਾਮ ਠੱਲ ਦੇਖੋ ਇਹ ਨਾ ਮਿੱਟੀ ਵਾਲੀ ਮਿੱਟੀ ਦੇ ਨਾਲ ਫੁੱਲ ਠੱਲ ਲੇਵੇ ਨਾਮੀ ਅਤੇ ਹੀ ਦਫ਼ਾ ਅਸੀਂ ਮਾਮੇ ਨੇ ਪਾਣੀ ਲਾਤਾ ਅਤੇ ਊਂ ਅਸੀਂ ਠੱਲ ਕਹਿ ਦਿੱਤੀ ਅਤੇ ਊਂ ਆ ਕੇ ਠੱਲ ਕਹਿਣੀ ਬੰਦੀ ਤੂੰ ਫੱਟੀ ਚੰਗੀ ਤਰੀਕੇ ਬੰਦ ਕਹਿਣੀ ਕਰ ਵੇਂਦਾ ਹੀ ਸਾਂ ਕਿ ਪਾਣੀ ਤਲੂ ਅੰਬਾ ਰਹਿ ਵੇਂਦੇ ਅਤੇ ਮਾਮੇ ਦੇ ਮਾਸ਼ਾਅੱਲਾ ਦੇਖੋ ਫੱਟੀ ਬੰਦ ਕੀਤੀ ਹੈ ਅਤੇ ਠੱਲ ਜਿਹੜੀ ਹੁਣ ਮਜ਼ਬੂਤ ਖੜੀ ਹੈ ਪਾਣੀ ਹੁਣ ਕਹਿ ਨਹੀਂ ਵੇਂਦਾ ਪਿਆ। ਅਤੇ ਅੱਗੇ ਅਸੀਂ ਵੀਵਰਸ ਕਿ ਮੈਂ ਠੱਲ ਲੈ ਰਹੇ ਅਤੇ ਮਰ ਵੇ ਨਾਮੀ ਹੁਣ ਅੱਜ ਪਤਾ ਵੱਲ ਲੱਗ ਗਏ ਅਤੇ ਵੀਵਰ ਤਾਂ ਅੱਜ ਜਿਹੜੀ ਹੈ ਨਾ ਫੱਟੀ ਉਹ ਅਸੀਂ ਚੰਗੀ ਤਰੀਕੇ ਲਿਪਤੇ ਵੇ ਸੂੰ ਅਤੇ ਅੱਗੂ ਠੱਲ ਲੇਵਣੀ ਕਹਿਣਾ ਪੋ ਸੀ ਅਤੇ ਸਾਂ ਕਿ ਮੈਂ ਆਖਰੀ ਫੱਟੀ 'ਤੇ ਖੜਾ ਮਿੰਟ ਸੀ ਦੂਰ ਰਹਿ ਗਏ ਵੱਲ ਲੁੜੇਨ ਸੇ ਫੱਟੀ। ਇਹ ਅਸੀਂ ਆਖਰੀ ਫੱਟੀ ਇੱਥੇ ਅਸੀਂ ਲਾਉਣੇ ਪਾਣੀ ਤੋਂ ਮਾਸ਼ਾਅੱਲਾ ਵੀ ਅਰਸ ਹੁਣ ਅਸੀਂ ਸਟੇ ਨਾ ਆਪਣਾ ਖਾਦ ਕਮਾਉਣ ਦੇ ਵਿੱਚ ਪਾਣੀ ਵੀ ਸਾਰਾ ਨਾਲ ਨਾਲ ਹੁੰਦਾ ਅਤੇ ਖਾਦ ਵੀ ਮਾਸ਼ਾਅੱਲਾ ਨਾਲ ਨਾਲ ਸਟੇ ਨਾ ਆਪਣਾ ਦੇਖੋ ਖਾਦ ਸੀ ਸਟੀ ਗਏ ਦੇਖੋ ਇੱਕ ਹੱਥ ਨਾਲ ਮੋਬਾਈਲ ਪਕੜੀ ਲੈਣਾ ਇੱਕ ਹੱਥ ਨਾਲ ਖਾਦ ਸਟੇ ਨਾ ਆਪਣਾ ਅਸੀਂ ਮਾਸ਼ਾਅੱਲਾ ਜੀ ਮੈਂ ਖਾ ਸਕਦੀ ਹੈ ਦੇਖੋ ਖਾਦ ਵੀ ਸਟਣਾ ਨਾਲ ਨਾਲ ਵਲੋਗਿੰਗ ਵੀ ਸ਼ੁਰੂ ਕੀਤੀ ਹੈ ਤਾਂ ਮੈਂ ਨਸੀਬ ਮੇ ਨਹੀਂ ਥੀ ਮਿਹਨਤ ਕਰਨ ਨਾਲ ਜੀ ਆਪਣਾ ਖਾ ਦੇ ਦੇਖੋ ਮਾਸ਼ਾਅੱਲਾ ਅਸੀਂ ਡਰੰਮ ਦੇ ਵਿੱਚ ਖਾ ਲੁੱਟਦੀ ਪਈ ਦੇਖੋ ਇਹ ਅਸੀਂ ਡਰੰਮ ਅਤੇ ਵੀਰਸ ਬਹੁਤ ਠੰਡਾ ਪਾਣੀ ਤੀ ਗਏ ਇਵੇਂ ਜਿਵੇਂ ਬਰਫ਼ ਕਿਲੋ ਕਈ ਹਿੱਸੇ ਜ਼ਿਆਦਾ ਠੰਡਾ ਪਾਣੀ ਹੁੰਦੇ ਨਾ ਇਵੇਂ ਤੀ ਗਏ ਯਾਰਾ ਪਾਣੀ ਅਤੇ ਮਾਸ਼ਾਅੱਲਾ ਇਹ ਅਸੀਂ ਲੁੜੇ ਦੇ ਪੈਸੇ ਕਮਾਨ ਕੋਈ ਮੋਢੇ ਕੋ ਇਹ ਜਿਹੜਾ ਮੁੰਡਾ ਵੜਾ ਵੜਾ ਖੜੇ ਅਤੇ ਮੌਸਮ ਦੇ ਗਿਨੋ ਬਹੁਤ ਪਿਆਰਾ ਅਸੀਂ ਬਣ ਗਏ ਅਤੇ ਗਰਮੀ ਵੀ ਸਵੇਰੇ ਕਹਾਰ ਦੀ ਪਾਉਂਦੀ ਪਈ ਹੈ ਅਤੇ ਮੌਸਮ ਵੀ ਮਾਸ਼ਾਅੱਲਾ ਸਹੀ ਥੀ ਗਏ ਬਸ ਅੱਲਾਹ ਤਾਲਾ ਰਹਿਮਤ ਦੀ ਬਾਰਿਸ਼ ਦੇ ਦੇਵੇ ਕਿਉਂਕਿ ਤੱਕ ਪਤਾ ਹੈ ਗਰਮੀ ਕਿਤਨੀ ਹੈ ਗਰਮੀ ਇਤਨੀ ਗਰਮੀ ਹੈ ਸ਼ਦੀਦ ਗਰਮੀ ਹੈ ਬੰਦੇ ਇਹਦੇ ਗਿਨੋ ਗਰਮੀ ਗਿਨੋ ਨਾ ਬਸ ਆਦਨ ਸੀ ਗਰਮੀ ਸਰਦੀ ਆਦਨ ਵੱਲ ਵੀ ਹੋਵੇ ਪਈ ਗਰਮੀ ਨਾ ਹੋਵੇ ਇਹਦੇ ਗਿਨੋ ਅਤੇ ਮਾਸ਼ਾਅੱਲਾ ਹੁਣ ਸੀ ਲੈਣੀ ਸੀ ਤੈਨੂੰ ਖਾਦ ਟੁੱਟੀ ਗਿਨੋ
ਇਸ ਮਸਾਲਾ ਖਾ ਲਓ ਕਿ ਇਸੀ ਡਰਮ ਦੇ ਵਿੱਚੋਂ ਖਾਦ ਮਿਲਦੀ ਪਈ ਅਤੇ ਲੱਗਦੀ ਪਈ ਮੋਢੇ ਨੂੰ, ਅਤੇ ਹਾਲੇ ਫਿਲਹਾਲ ਮੈਂ ਵੇਖਣਾ ਆਪਣੇ ਲਵੇਰੇ ਦੀ ਤਰਫ, ਕਿਉਂਕਿ ਤੁਹਾਨੂੰ ਪਤਾ ਲਵੇਰੇ ਦੇ ਵਿੱਚ ਜਿਹੜਾ ਪਾਣੀ ਵੇਂਦਾ ਪੈਣਾ ਉਹ ਵੀ ਦੇਖਣੇ ਉਹ ਨਾ ਆਵੇ ਕਿ ਜਿਹੜਾ ਲਵੇਰੇ ਦੇ ਵਿੱਚ ਪਾਣੀ ਉਹ ਜ਼ਿਆਦਾ ਥੀ ਹੋਈ, ਇਸ ਕਰਕੇ ਮੋਢੇ ਕੋਲ ਲੋਡ ਤੋਂ ਮੋਢੇ ਦਾ ਕੰਜੇ ਘੱਟ, ਕਿਉਂਕਿ ਪਾਣੀ ਦੇ ਆਉਂਦਾ ਵੇ ਥੋੜ੍ਹਾ ਥੋੜ੍ਹਾ ਨਹਿਰ ਇਹ ਥੋੜ੍ਹੀ ਥੋੜ੍ਹੀ, ਕਿਉਂਕਿ ਪਿਛਲੀ ਵਾਰੀ ਵੀ ਨਹਿਰ ਥੋੜ੍ਹੀ ਹੀ ਵਾਲੀ ਵੱਲ ਨਹਿਰ ਥੋੜ੍ਹੀ ਹੈ, ਅਤੇ ਹੁਣ ਦੇਖੋ ਬਈ ਪਾਣੀ ਪੂਰਾ ਥੀਂਦੇ ਜਾਂ ਨਹੀਂ ਥੀਂਦਾ, ਅਤੇ ਮਗਰਬ ਦੀ ਅਜ਼ਾਨ ਥੀਂਦੀ ਵੀ ਮਗਰਬ ਅਜ਼ਾਨ ਥੀ ਹੋਈ ਉਹ ਤੇਰੇ ਮੈਂ ਸੀ ਵੇਣਾ ਪਰਤੇ ਮੁੰਡੇ ਅਤੇ ਖਾਸ ਸੀ ਹੁੰਦੇ ਲੋਹੜ ਦਿੱਤੀ ਹੈ, ਅਤੇ ਮੈਂ ਹੁਣ ਸੀ ਵੇਣਾ ਪਿਆ ਲਵੇਰੇ ਦੀ ਤਰਫ, ਕਿਉਂਕਿ ਲਵੇਰੇ ਸੀ ਪਾਣੀ ਲੋੜਿਆ, ਅਤੇ ਹੁਣ ਜੋ ਤਾਂ ਦੇਖਦੇ ਸੀ ਅਤੇ ਹੁੰਦਾ ਕਰਨ ਸੇ ਬੰਦ, ਅਤੇ ਨਹਿਰ ਆਈ ਵਾਲ ਸੀ ਵੀ ਹੋਰ ਥੋੜ੍ਹੀ ਹੈ ਨਹਿਰ, ਤਾਂ ਹਲੀ ਫਿਲਹਾਲ ਗਿਆ ਕਿ ਨਹੀਂ, ਮੈਂ ਪਤਾ ਲੱਗਿਆ ਨਹਿਰ ਕਾਫੀ ਜ਼ਿਆਦਾ, ਮੈਂ ਗਿਆ ਮੀ ਸੀ ਅੱਜ ਪੰਜਾਲੇ ਪੁੱਲ 'ਤੇ ਡਿੱਠੇ ਮੀ ਨਹਿਰ ਜਿਹੜੀ ਹੈ ਨਾ ਬਹੁਤ ਘੱਟ ਹੈ, ਬਹੁਤ ਘੱਟ ਹੈ, ਕਿਉਂਕਿ ਪਿਛਲੀ ਦਫ਼ਾ ਵੀ ਪਾਣੀ ਘੱਟ ਸੀ ਗਿਆ, ਅਸੀਂ ਦਫ਼ਾ ਵੱਲ ਘੱਟ ਸੀ ਗਏ, ਹੁਣ ਦੇਖੋ ਬਈ ਪੀਚਾ ਥੀਂਦੇ ਜਾਂ ਨਹੀਂ ਥੀਂਦਾ, ਪਿਛਲੀ ਦਫ਼ਾ ਵੀ ਕਾਫੀ ਮੁਸ਼ਕਿਲ ਨਾਲ ਵਿਅਰਸ ਪੀਚਾ ਥਿਆ, ਅਤੇ ਦੁਆ ਕਰਾਇਆ ਵਿਅਰਸ ਕਿ ਪੀਚਾ ਜਿਹੜਾ ਉਹ ਸਾਰਾ ਥੀ ਵਜੇ, ਕਿਉਂਕਿ ਤੱਕ ਪਤਾ ਲਵੇਰੇ ਹਨ ਜਿਹੜੇ ਉਹ ਸਾਰੇ ਭਰਨ ਵਾਲੇ ਖੜੇ ਨੇ, ਅਤੇ ਮੋਢੇ ਵੀ ਲਵੇਰੇ ਵੀ, ਅਤੇ ਹਾਲੀ ਮੇਰੇ ਚਾਚੀ ਮੇਰੇ ਇਕਬਾਲ ਹੋਣੀ ਉਹ ਅਸੀਂ ਕਹਿਣ ਲਾਵਣਾ ਉਹਨਾਂ ਵੀ ਲਾਵਣੇ ਪਾਣੀ, ਹੁਣ ਦੇਖਦੇ ਸੀ ਵੀ ਪਾਣੀ ਜਿਹੜਾ ਪੂਰਾ ਥੀਂਦੇ ਨੇ ਥੀਂਦਾ, ਅਤੇ ਅਗਰ ਪੂਰਾ ਵਿਅਰਸ ਥੀ ਗਿਆ ਤਾਂ ਅਸੀਂ ਵੱਢ ਕੋਈ ਵੀ ਪਾਣੀ ਲਾਵਣੇ ਤੱਕ ਪਤਾ ਇਹ ਵੱਢ ਜਿਹੜਾ ਰਹਿ ਗਿਆ ਪਿਛਲੀ ਦਫ਼ਾ ਇਹ ਦਾੜ ਵਾਲਾ, ਅਤੇ ਇਨਸ਼ਾਲਾ ਅਸੀਂ ਕੋਈ ਵੀ ਭਰੇ ਸੂੰ, ਅਤੇ ਜਿਉਂਦੇ ਸੀ ਹੁਣ ਪਹਿਲੇ ਤਾਂ ਮੈਂ ਲਵੇਰੇ ਦਾ ਪਾਣੀ ਦਿਖਾ ਕੇ ਨਾ ਵੀ ਲਵੇਰੇ ਜਿਹੜਾ ਪਾਣੀ ਹੈ ਉਹ ਚੋਕਾ ਚੋਕਾ ਥੀ ਗਿਆ, ਅਤੇ ਮੌਸਮ ਵਿਅਰਸ ਅੱਜ ਪਤਾ ਨਹੀਂ ਦੇਖੋ ਕਿਆ ਕਰੇਂਦੇ, ਦੇਖੋ ਇਹ ਸਾਰਾ ਮੌਸਮ ਕਿਤਨਾ ਖਰਾਬ ਥੀ ਗਿਆ, ਇਹ ਵਾਲਾ ਵਿਅਰਸ ਥੋੜ੍ਹਾ ਰਹਿ ਗਏ, ਇਹ ਵਾਲਾ ਖੱਤਾ ਇਹ ਸਾਰਾ ਇਹ ਦੇਖੋ ਇਹੋ ਮੱਥਾ ਬਚਿਆ ਪਏ, ਅਤੇ ਜਿਹੜਾ ਇਹ ਵਾਲਾ ਇਹ ਹਾਲੀ ਕਾਫੀ ਚੰਗਾ ਵਾਲਾ ਪੇ ਥਿਆ, ਅਤੇ ਇਹ ਅਸੀਂ ਹਾਲੀ ਕੋਈ ਪੰਜ ਸੱਤ ਮਿੰਟ ਗਿਣਵੇ ਸੀ, ਅਤੇ ਉਤਨੀ ਦੇਰ ਵਿਅਰਸ ਵੇਣਾ ਕਿ ਖਾਦ ਤੱਕ ਪਤਾ ਹੈ ਕਾਫੀ ਜ਼ਿਆਦਾ ਅਸੀਂ ਸੱਟਣ ਵਾਲੀ ਹੈ, ਤਿੰਨ ਚਾਰ ਬੋਰੀਆਂ ਜਿਹੜੀ ਖਾਦ ਮੈਂ ਸੱਟਣੀ ਹੈ, DAP ਸੱਟਣੀ ਹੈ, ਯੂਰੀਆ ਸੱਟਣੀ ਹੈ, ਅਤੇ ਅੰਧਾਰਾ ਇਡੂ ਦੇਖੋ ਮੇਰੇ ਕੋਲ ਠੀਕ ਹੈ, ਇਵੇਂ ਸਮਝੋ ਮਗਰਬ ਦੀਆਂ ਅੰਜ਼ਾਰਾਂ ਠੀਕ ਹਨ, ਅਤੇ ਇਵੇਂ ਸਮਝੋ ਕਿ 15 ਮਿੰਟ ਅੱਧਾ ਘੰਟਾ ਦਾ ਮੇਰੇ ਕੋਲ ਉਮੀਦ ਹੈ ਵਿਅਰਸ ਅੱਧਾ ਘੰਟਾ ਅਲੱਗ ਸੀ ਜਿਹੜਾ ਮੇਰੇ ਕੋਲ ਖਾਦ ਸੱਟਿੰਦੇ, ਅਤੇ ਮੈਂ ਇਹਦਾ ਪਾਣੀ ਦੇਖਣਾ ਮੈਂ ਕਿਹਾ ਪਾਣੀ ਭਰੀਜ ਗਿਆ ਸੀ ਅਤੇ ਬੰਦ ਕੀਤੀਆਂ ਵਾ ਈ ਵਿਖੇ ਦਾ ਹਾਲੇ ਸੀ ਥੋੜ੍ਹਾ ਜਿਹਾ ਰਹਿੰਦੇ, ਚਲੋ 5 ਮਿੰਟ ਸਬਰ ਕਰਤੇ ਜਿੰਦਾ ਸੀ ਪਾਣੀ ਬੰਦ ਕਰ ਦਿੰਦੇ ਸੀ, ਅਤੇ ਵੱਲ ਸੀ ਜੁਲਦੇ ਸੀ ਜੁਲਦੇ ਖਾਦ ਸੱਟਣ ਸੀ, ਕਿਉਂਕਿ 5-6 ਬੋਰੀਆਂ ਜਿਹੜੀ ਖਾਦ ਹੈ ਉਹ ਸੱਟਣਾ ਸੀ, ਜੁਲਦੇ ਮੈਂ ਤਾਂ ਖਾਦ ਵੀ ਲਿਖਿਆ ਸਾਂ ਖਾਦ ਦੀਆਂ ਬੋਰੀਆਂ ਸੀ ਚੋਖਿਆ ਆਇਆ ਪਿੰਨ ਜਿਹੜੀਆਂ ਮੈਂ ਸੱਟਣਾ, 1 ਬੋਰੀ ਜੇ ਸੱਟ ਕੀਤੀ ਹੈ 1/2 ਬੋਰੀ ਜੇ ਸੱਟੀਏ ਈ ਵਿਖੇ ਕੋ 1/2 ਬੋਰੀ ਸੱਟੀਏ ਈ ਵਿਖੇ ਕੋ, ਅਤੇ ਹੁਣ ਜੁਲਦੇ ਸੀ ਜੁਲਦੇ ਤੱਕ 20 ਬੋਰੀਆਂ ਜਿਹੜੀਆਂ ਉਹ ਵੀ ਮੈਂ ਲਿਖੇ ਸਾਂ, ਫਿਲਹਾਲ ਹਾਲੀ ਮੈਂ ਈ ਵਿਖੇ ਦਾ ਪਾਣੀ ਬੰਦ ਕਰ ਗਈ ਨਾ, ਸਹੀ ਥੀ ਗਏ ਪੂਰੇ 8 ਦਾ ਰਾਤ ਦਾ 8 ਦਾ, ਅਤੇ ਮੈਂ ਸੀ ਦੇਖਣਾ ਹਾਲੇ ਤੱਕ ਵੀ ਪਾਣੀ ਦਾ ਪੀਚਾ ਜਿਹੜਾ ਚੰਗਾ ਭਲਾ ਕਰਨ ਵਾਲਾ ਹੈ, ਅਤੇ ਮੈਂ ਸੀ ਤੱਕ ਦਿਖਾ ਦੇਵਾਂ ਖਾਦ ਸੀ ਇਹ ਪਈ ਹੈ, ਅਤੇ ਹੁਣ ਦੇਖੋ ਵੀ ਰਾਤ ਦਾ ਛੱਟਾ ਲੱਗਦਾ ਜਾਂ ਨਹੀਂ ਲੱਗਦਾ, ਇਹ ਪਈਏ ਖਾਦ ਹੈ ਦੇਖੋ, ਇਹ ਸੀ ਯੂਰੀਆ ਪਈਏ, ਇਹ ਪਈਏ DAP, ਅਤੇ 3 ਵਿਘੇ ਪੂਰੀ ਪਾਉਣ ਵਾਲੀ ਹੈ, ਕਿਉਂਕਿ ਮੈਂ ਉਹਦੇ ਪਰਤੇ ਰਹਿ ਗਿਆ ਉੱਪਰਲੀ ਸਾਈਡ ਤੋਂ ਕਿਤੇ ਸਿਰੇ ਉੱਚੇ ਆਨਾ ਉਹ ਮਿੱਟੀ ਚੱਕ ਚੱਕ ਅਤੇ ਇਵੇਂ ਖਾ ਲਿਆ ਬਣਿਆ ਮੈਂ ਕਿਹਾ ਤਾਂ ਕਿ ਜਿਹੜੀਆਂ ਖੁੱਲ੍ਹਿਆਂ ਆਸਾਨੀ ਨਾਲ ਲੱਗ ਵਜਣ, ਅਤੇ ਮੈਂ ਉੱਥੇ ਹੀ ਰਹਿ ਗਿਆ ਉੱਥੋਂ ਹੁਣ ਆਇਆ ਹੁਣ ਮੁੰਡੇ ਕੋਲ ਫੇਰਾ ਮਿਲਣਾ, ਫੇਰਾ ਮਾਰਨ ਤੋਂ ਬਾਅਦ ਵੱਲ ਸੀ ਦੇਖਦੇ ਸੀ ਹੁਣ ਅਗਰ ਰਾਤ ਦਾ ਛੱਟਾ ਦੇਖੋ ਲੱਗਦੇ ਤਾਂ ਵੱਲ ਕਿਵੇਂ ਲੱਗਦੇ, ਅਤੇ ਅੰਧਾਰਾ ਕਾਫੀ ਜ਼ਿਆਦਾ ਥੀ ਗਏ, ਅਤੇ ਹੁਣ ਸੀ ਤੱਕ ਪਤਾ ਹੈ ਅੰਧਾਰ ਦੇ ਜਿਹੜੀ ਵਲੋਗਿੰਗ ਹੈ ਨਾ ਕਾਫੀ ਮੁਸ਼ਕਿਲ ਨਾਲ ਥੀਂਦੀ ਰਹਿੰਦੀ ਹੈ, ਕਿਉਂਕਿ ਡੀਂ ਹੋਵੇ ਨਾ ਵੱਲ ਡੀਂ ਦਾ ਡੀਂ ਦੀ ਬਈ ਗੱਲ ਹੁੰਦੀ ਹੈ ਰਾਤ ਦੀ ਬਈ ਗੱਲ ਹੁੰਦੀ ਹੈ, ਹੁਣ ਡੂ ਬੋਰੀਆਂ ਪੀਏ, 2 ਬੋਰੀਆਂ ਉੱਥੇ ਪਈਏ, 4 ਬੋਰੀਆਂ ਅਤੇ ਜਿਹਦੇ 'ਚ 3 ਬੋਰੀਆਂ ਜਿਹੜੀ ਹੈ ਨਾ ਖਾਦ ਉਹ ਪਾਉਣ ਵਾਲੀ ਹੈ,
ਅਤੇ ਛੱਟਾ ਦੇਵਣ ਵਾਲਾ। ਹੁਣ ਦੇਖਦੇ ਸੀ ਵੀ ਛੱਟਾ ਕਿੰਨੇ ਨਾਮ ਰਹਿੰਦੇ ਸੀ, ਅਤੇ ਅੰਧਾਰਾ ਸੀ ਕਾਫੀ ਜ਼ਿਆਦਾ ਦੇਵਣ ਵਾਲਾ ਹੈ। ਅਤੇ ਅੱਜ ਤੱਕ ਫਿਲਹਾਲ ਰੋਟੀ ਖਾਣ ਵੀ ਆਪ ਘਰ ਕਹਿੰਦੇ ਸੀਗੇ, ਅਤੇ ਪਾਣੀ ਲਈ ਖੜੇ ਸੀ ਰਾਤ 1 ਵਜੇ ਤੱਕ ਪਾਣੀ ਦੀ ਵਾਰੀ। ਹੁਣ ਦੇਖਦੇ ਸੀ ਵੀ ਰਾਤ 1 ਵਜੇ ਤੱਕ ਵੀ ਚਾਥੀ ਲਈ ਜਾਂਦੀ। ਅਤੇ ਵੀਰ ਸਿੱਖ ਗੱਲ ਇਹ ਰਾਤ ਦਾ ਪਾਣੀ ਲਾਉਣੇ ਸੌਖੇ ਕਹਿ ਨਹੀਂ ਹੁੰਦੇ, ਕਾਫੀ ਪਤਾ ਸੀ। ਅਤੇ ਮੈਂ ਅਸੀਂ ਅਸੀਂ ਹਰ ਕਹੀਂ ਦਾ ਕੰਮ ਕਹਿ ਨਹੀਂ ਵੀ ਰਾਤ ਦਾ ਪਾਣੀ ਜਿਹੜਾ ਪਾਣੀ ਪੂਰਾ ਲਾ ਕੇ ਨੇ। ਅਤੇ ਮੈਂ ਅਸੀਂ ਹੁਣ ਮਾਸ਼ਾਅੱਲਾ ਡਰੰਮ 'ਤੇ ਆ ਗਿਆ, ਡਰੰਮ ਦਾ ਪਾਣੀ ਦੇ ਗਿਆ ਫਿਲਹਾਲ ਢੇਰ ਸਾਰਾ ਖੜੇ ਤਾ, ਕਿਉਂਕਿ ਪਾਣੀ ਸੀ ਥੋੜ੍ਹਾ ਥੋੜ੍ਹਾ ਮਿਲਦਾ ਪਿਆ, ਅਤੇ ਜਿਹੜਾ ਮੁੰਡ ਹੈ ਮੇਰਾ ਉਹ ਕਾਫੀ ਜ਼ਿਆਦਾ ਥੀ ਗਏ। ਅਤੇ ਮੈਂ ਕਿਉਂ ਨਾ ਹੁਣ ਇੰਨੀ ਥੋੜ੍ਹੀ ਜਿਹੀ ਬਈ ਖਾਦ ਵਧਾ ਰਹੇਵਾਂ ਤਾਂ ਕਿ ਜਿਹੜੀ ਖਾਦ ਉਹ ਲੱਗ ਵੰਜੇ ਸਾਰੀ। ਅਸੀਂ ਮਾਸ਼ਾਅੱਲਾ ਇੰਨੀ ਖਾਦ ਹੁਣ ਵਧਾ ਦਿੱਤੀ ਹੈ ਮੈਂ, ਕਿਉਂਕਿ ਫਿਲਹਾਲ ਹਾਲੀ ਪਾਣੀ ਜਿਹੜਾ ਨਾ ਉਹ ਢੇਰ ਸਾਰਾ ਖੜੇ ਡਰੰਮ ਦੇ ਵਿੱਚ, ਅਤੇ ਖਾਦ ਇੰਨੀ ਵਧਾ ਗਈ ਦੀ ਹੈ। ਅਤੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਰਾਤ ਦਾ ਪਾਣੀ ਲਾਉਣੇ ਨਾ ਸੌਖੇ ਕਹਿ ਨਹੀਂ ਹੁੰਦੇ। ਹੁਣ ਰਾਤ ਦਾ ਕੋਈ ਬੰਦਾ ਹੋਵੇ ਜਿਹੜਾ ਲੈਟ ਪਕੜ ਦੇ ਵੱਧਾ ਹੋਵੇ ਅਤੇ ਬਲ ਸੀ ਲੱਗੇ ਪਾਣੀ, ਹੁਣ ਇਹ ਬੰਦਾ ਆਵੇ ਇਕੱਲਾ ਸੀ ਇਕੱਲਾ ਅਤੇ ਵੱਲ ਪਾਣੀ ਦੇਖੋ ਵੀ ਕਿਵੇਂ ਲੱਗਦੇ। ਵੀ ਹੁਣ ਲੈਟ ਛੱਲਣ ਦਾ ਉਹ ਵੀ ਲੈਟ ਕੌਣ ਛੱਲੇ ਅਤੇ ਵੱਲ ਟੁੱਕਾ ਬੱਧਣ ਲਾਵਣ ਇਹ ਵੀ ਸਾਰਾ ਕਿਤਨਾ ਮੁਸ਼ਕਿਲ ਹੁੰਦਾ ਰਹਿੰਦਾ ਕੰਮ। ਅਤੇ ਮੈਂ ਅਸੀਂ ਹੁਣ ਡਰੰਮ ਦਾ ਪਾਣੀ ਜਿਹੜਾ ਵਧਾ ਦਿੱਤੇ ਨੇ ਇਹ ਦੇਖੋ, ਕਿਉਂਕਿ ਮੇਰਾ ਜਿਹੜਾ ਮੌਂਡ ਹੈ ਨਾ ਉਹ ਕਾਫੀ ਜ਼ਿਆਦਾ ਸੀ ਕਿਆ ਵਧੇ, ਅਤੇ ਮੈਂ ਕਿਉਂ ਨਾ ਮੋਢੇ ਦਾ ਪਾਣੀ ਵਧਾ ਦੇਵਾਂ ਤਾਂ ਕਿ ਜਿਹੜੀ ਖਾਦ ਉਹ ਲੱਗ ਲਵੇ। ਅਤੇ ਇਨਸ਼ਾਅੱਲਾ 10-15 ਮਿੰਟ ਤੱਕ ਇਹ ਵਾਲਾ ਜਿਹੜਾ ਮੌਂਡਾ ਉਹ ਬਰੀਕ